ਮੰਨ ਲਿਆ ਤੁਹਾਡਾ ਬਿਨਾਂ ਵਿਆਹ ਤੋਂ ਮੰਨ ਲਿਆ ਕਿ ਉਹਦੇ ਪੈਸੇ ਬੈਲੈਂਸ ਹੈਗੇ ਆ, ਹੈਵ ਯੂ ਐਨੀ ਰਾਈਟ ਟੂ ਸਟਾਪ ਹਿਮ ਟੂ ਗਿਵ ਦਾ ਐਗਜ਼ਾਮ? ਯੂਨੀਵਰਸਿਟੀ ਤੋਂ ਰੋਲ ਨੰਬਰ ਆਇਆ ਹੋਵੇ, ਕਾਲਜ ਕਹਿ ਦੇਵੇ ਤੈਨੂੰ ਪੇਪਰ ਨੀ ਦੇਣ ਦੇਣਾ, ਕੋਈ ਸਕੂਲ ਕਹਿ ਦੇਵੇ ਪੇਪਰ ਨੀ ਦੇਣ ਦੇਣਾ, ਉਹ ਵੀ ਐਸੀ ਕੈਟਾਗਰੀ ਦੇ ਬੱਚੇ ਨੂੰ ਜਿਹਦੇ ਵਾਸਤੇ ਸੈਂਟਰ ਗਵਰਨਮੈਂਟ ਨੇ ਫ੍ਰੀ ਐਜੂਕੇਸ਼ਨ ਕੀਤੀ ਹੈ, ਸੈਂਟਰ ਗਵਰਨਮੈਂਟ ਤਾਂ ਮੂਰਖ ਹੈਗੀ ਆ, ਤੁਹਾਡੀ ਸੰਸਥਾ ਜਿਹੜੀ ਉਹ ਸੈਂਟਰ ਗਵਰਨਮੈਂਟ ਤੋਂ ਵੀ ਉੱਤੋਂ ਦੀ ਹੈ। ਬ੍ਰਦਰ ਪ੍ਰਧਾਨ ਜੀ ਨੂੰ ਸੱਦ ਲਓ, ਮੈਂ ਹੁਣ ਤੁਹਾਨੂੰ ਵੀ ਕਹਿਣ ਲੱਗਿਆ, ਮੈਂ ਹੁਣੇ ਮੈਸੇਜ ਸਾਰੇ ਸ਼ਹਿਰ ਚ ਲਾਉਣਾ, ਮਸਲਾ ਵਧੂਗਾ, ਸੱਦ ਲਓ ਪ੍ਰਧਾਨ ਨੂੰ। ਕਾਨੂੰਨ ਤੋਤੇ ਹੋ ਤੁਸੀਂ, ਮੈਂ ਪੁੱਛਦਾ ਕਾਨੂੰਨ ਤੋਤੇ ਹੋ? ਦੇਖੋ ਅਸੀਂ ਆਪਣੇ ਫਾਰਮ ਤੇ ਛਾਪਿਆ ਹੋਇਆ ਹੋਵੇ, ਮੈਂ ਜਿਹੜੀ ਗੱਲ ਪੁੱਛਦਾ ਤੁਹਾਨੂੰ, ਤੁਸੀਂ ਐਸੀ ਏਦਾਂ ਕਰੋ, ਤੁਸੀਂ ਬਾਹਰ ਫੱਟਾ ਲਾ ਦੋ ਵੀ ਐਸੀ ਬੱਚਿਆਂ ਦਾ ਦਾਖਲਾ ਬਣਦਾ। ਮੈਨੂੰ ਪੜ੍ਹਾਉਣ ਦਾ ਯਤਨ ਨਾ ਕਰੋ, ਐਸੀ ਬੱਚਾ ਸਕਾਲਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਪਲਾਈ ਕਰਦਾ, ਉਹ ਮਹੀਨਾ ਦੋ ਮਹੀਨੇ ਚਾਰ ਮਹੀਨੇ ਲੇਟ ਹੋ ਸਕਦਾ, ਤੁਹਾਡੇ ਕੋਲੇ ਕੋਈ ਰਾਈਟ ਨਹੀਂ। ਅਸੀਂ ਵਿਧਾਨ ਸਭਾ ਚ ਡਿਸਕਸ ਕਰਕੇ, ਭੈਣ ਜੀ ਨਾ ਡਿਸਕਸ ਕਰੋ ਮੇਰੇ ਨਾਲ ਇਸ ਇਸ਼ੂ ਦੇ ਉੱਤੇ, ਨਾ ਡਿਸਕਸ ਕਰੋ, ਤੁਹਾਡੇ ਕੋਲੇ ਕੋਈ ਰਾਈਟ ਨਹੀਂ ਹੈਗਾ ਵੀ ਤੁਸੀਂ ਬੱਚੇ ਨੂੰ ਇਗਜ਼ਾਮ ਦੇਣ ਤੋਂ ਰੋਕ ਜਾਓ, ਵੀ ਇੱਕ ਕੁੜੀ ਨੂੰ, ਗਰਲ ਚਾਈਲਡ ਨੂੰ ਵੀ ਇੱਕ, ਜਿਹੜੀ ਕਿ ਮੇਰੇ ਕੋਲੇ ਫੋਨ ਤੇ ਰੋ ਰਹੀ ਵੀ ਅੰਕਲ ਮੈਂ ਸੁਈਸਾਈਡ ਕਰ ਲੈਣਾ, ਮੈਂ ਉਹਨੂੰ ਕਹਿ ਰਿਹਾ ਬੇਟਾ ਰੁਕ ਜਾ, ਬੇਟਾ ਰੁਕ ਜਾ, ਸਰ ਇੱਥੇ ਸੱਦ ਲਓ ਪ੍ਰੈਜ਼ੀਡੈਂਟ ਨੂੰ, ਮੈਂ ਨਹੀਂ ਗੱਲ ਕਰਨੀ ਕਿਸੇ ਪ੍ਰੈਜ਼ੀਡੈਂਟ ਨੂੰ, ਸੱਦੋ ਇੱਥੇ। ਸਵੇਰ ਦਾ ਮੈਂ ਨਾ ਉਹਨੂੰ 10 ਵਾਰੀ ਫੋਨ ਕੀਤਾ ਇਹਨਾਂ ਦੇ ਲੈਂਡਲਾਈਨ ਨੰਬਰ ਤੇ, ਆਹ ਡਿਲੀਟ ਕਰ ਦਿਓ ਤੁਸੀਂ, ਮੈਂ ਧਰਨੇ ਤੇ ਬੈਠਣਾ ਇਸ ਕਾਲਜ ਦੇ ਅੰਦਰ ਤੇ ਮੈਂ ਮੈਨੇਜਮੈਂਟ ਚੇਂਜ ਕਰਨੀ ਹੈ, ਜਿਹੜਾ ਤੁਸੀਂ ਢੰਗ ਫੜਿਆ ਨਾ ਲੁੱਟਣ ਦਾ ਉਹ ਬੰਦ ਕਰਨਾ ਤੁਹਾਡਾ। ਇਹ ਭੈਣ ਜੀ ਨਾਲ ਗੱਲ ਕਰਦਾ, ਬੱਚੀ ਮਿੰਤਾ ਕਰ ਛੱਡੀ ਵੀ ਐਮ ਐਲ ਏ ਦਾ ਫੋਨ ਹੋਲਡ ਆਪਣੇ ਵਾਲਾ ਚੱਕਦੇ ਨਹੀਂ, ਇਹ ਨਹੀਂ ਗੱਲ ਕਰਨੀ, ਕਹਿੰਦੀ ਚੱਲ ਬਾਹਰ ਨਿਕਲ ਇਨਸਲਟ ਕਰਦੇ ਆ, ਮੈਨੂੰ ਉਹਨੂੰ ਕੀ ਕਹਿੰਦੇ ਐਡੇ ਆਪਾਂ ਕਸਾਈ ਬਣ ਗਏ, ਐਡੇ ਆਪਾਂ ਪੈਸੇ ਦੇ ਪੁੱਤ ਬਣ ਗਏ। ਬਾਤ ਇਹ ਨਹੀਂ ਹੈ, ਮੈਂ ਬੱਚੇ ਨੂੰ ਬੋਲਿਆ ਕਿ ਆਪ ਕਿਤਨਾ ਕਰ ਸਕਤੇ ਉਤਨਾ ਕਰਵਾਓ, ਪੂਰਾ ਕੰਪਲੀਟ ਤਾਂ ਸੁਣ ਲਓ, ਤੁਸੀਂ ਸਵੇਰੇ ਛੱਡੋ ਵੀ ਸਾਡੇ ਕੋਲੋਂ ਨਹੀਂ ਕਾਲਜ ਚੱਲਦਾ, ਸਾਡੇ ਸ਼ਹਿਰ ਦੇ ਵਿੱਚ ਬੇਅੰਤ ਦਾਨੀ ਲੋਕ ਬੈਠੇ ਜਿਹੜੇ ਇਸ ਸੰਸਥਾ ਨੂੰ ਆ ਕੇ ਅਡਾਪਟ ਕਰਕੇ ਚਲਾਉਣਗੇ। ਤੁਹਾਡੇ ਦਾਦੇ ਪੜਦਾਦੇ ਦੀ ਜ਼ਗੀਰ ਨਹੀਂ, ਇਹ ਲੋਕਾਂ ਦਾ ਕਾਲਜ ਹੈ, ਇਹ ਟਰੱਸਟ ਦਾ ਕਾਲਜ ਹੈਗਾ ਲੋਕਾਂ ਦਾ, ਜੇ ਤੁਹਾਡੇ ਕੋਲੋਂ ਨਹੀਂ ਚੱਲਦਾ ਬਾਹਰ ਹੋਵੋ ਤੁਸੀਂ, ਅਸੀਂ ਨਵੀਂ ਮੈਨੇਜਮੈਂਟ ਸਵੇਰੇ ਲਿਆਉਂਦੇ ਹਾਂ, 25 ਲੱਖ ਵੀ ਲੋਕ ਦੇਣਗੇ ਤੇ ਇਸ ਸਕੂਲ ਦੇ ਗਰੀਬ ਦੇ ਬੱਚਿਆਂ ਦੀ ਪੜ੍ਹਾਈ ਦਾ ਵੀ ਤੁਹਾਡੇ ਨਾਲੋਂ ਵਧੀਆ ਇੰਤਜ਼ਾਮ ਕਰਨਗੇ, ਆਪਾਂ ਕੋਈ ਇੱਥੇ ਪੀਂਘ ਪਾ ਲਈ ਵੀ ਡਿਕਟੇਟਰ ਹੈਗੇ ਆ ਮਾਲਕ ਬਣ ਗਏ ਵੀ ਅਸੀਂ ਚਲਾਉਣਾ। ਹੈਲੋ, ਹਾਂਜੀ ਵਸੀਮ ਸਾਹਿਬ, ਹਾਂਜੀ ਹਾਂ, ਤੁਸੀਂ ਜੇ ਨਹੀਂ ਕਮਾਇਆ ਤੁਸੀਂ ਛੱਡ ਦੋ ਇਹ ਸੰਸਥਾ। ਭੈਣ ਜੀ ਮੈਨੂੰ ਪ੍ਰਿੰਸੀਪਲ ਮੈਡਮ ਦਿਖਾ ਰਹੇ 25 ਲੱਖ ਲੈਣਾ, ਕਹਿੰਦੇ ਅਸੀਂ ਲੋਕਾਂ ਤੋਂ ਅਸੀਂ ਸੰਸਥਾ ਚਲਾਈਏ ਕਿਵੇਂ, ਜੇ ਤੁਹਾਡੇ ਕੋਲੋਂ ਸੰਸਥਾ ਨਹੀਂ ਚੱਲਦੀ ਤੁਸੀਂ ਕਰੋ ਰਿਜ਼ਾਈਨ। ਸਾਡੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਅਰਬਪਤੀ ਦਾਨੀ ਸੱਜਣ ਬੈਠੇ ਜਿਹੜੇ 25 ਲੱਖ ਰੁਪਇਆ ਅੱਖ ਝਪਕਿਆਂ ਦੇ ਜਾਂਦੇ ਆ, ਤੁਸੀਂ ਏਦਾਂ ਕਰੋ ਨਾ, ਤੁਹਾਡੇ ਕੋਲ ਸੰਸਥਾ ਨਹੀਂ ਚੱਲਦੀ 25 ਲੱਖ ਰੁਪਏ ਦੀ, ਤੁਹਾਡੀ ਆਊਟਸਟੈਂਡਿੰਗ ਬੱਚਿਆਂ ਵੱਲ ਖੜੀ ਆ, ਬੱਚੇ ਗਰੀਬ ਪੇਰੈਂਟਸ ਦੇ ਨੇ ਉਹ ਦੇ ਨਹੀਂ ਸਕਦੇ, ਤੁਸੀਂ ਸਵੇਰੇ ਰਿਜ਼ਾਈਨ ਕਰੋ। ਤੁਸੀਂ ਐਸੀ ਕਮਿਊਨਿਟੀ ਦੇ ਐਸੀ ਕੈਟਾਗਰੀ ਦੇ ਬੱਚਿਆਂ ਨੂੰ ਜਿਹਦੇ ਵਾਸਤੇ ਲੋਕ ਸਭਾ ਔਰ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਡਿਬੇਟ ਹੁੰਦਾ, ਸਪੈਸ਼ਲ ਡਿਬੇਟ, ਕੋਈ ਸਕੂਲ ਤੇ ਕੋਈ ਕਾਲਜ ਐਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਬੱਚੇ ਨੂੰ ਬਾਹਰ ਨਹੀਂ ਕੱਢੇਗਾ, ਵਜ਼ੀਫਾ ਚਾਹੇ 6 ਮਹੀਨੇ ਲੇਟ ਆਵੇ ਚਾਹੇ 1 ਸਾਲ ਲੇਟ ਆਵੇ, ਤੁਸੀਂ ਵਿਧਾਨ ਸਭਾ ਔਰ ਲੋਕ ਸਭਾ ਤੋਂ ਉੱਤੋਂ। 6 ਬੱਚੀ ਹੈ BBA 5ਵੇਂ ਸਮੈਸਟਰ ਦੀ, ਮੈਂ ਚੰਡੀਗੜ੍ਹ ਸੀ ਇਸ ਬੱਚੇ ਦਾ, ਮੈਨੂੰ ਫੋਨ ਆਇਆ SC ਪਰਿਵਾਰ ਤੋਂ, ਆ SC ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਫਾਰਮ ਭਰਿਆ ਬਟ ਉਹ ਕਿਸੇ ਕਾਰਨ ਵਜ੍ਹਾ ਕਰਕੇ ਕੋਈ ਟੈਕਨੀਕਲ ਪ੍ਰੋਬਲਮ ਕਰਕੇ ਉਹ ਸਕਾਲਰਸ਼ਿਪ ਨਹੀਂ ਆ ਸਕਿਆ, ਇਹਦੀ ਜਿਹੜੀ ਪੈਂਡਿੰਗ ਬੈਲੈਂਸ ਅਮਾਊਂਟ ਹੈਗੀ ਆ ਅਤੇ ਉਹਦੇ ਕਰਕੇ ਇਹਨੂੰ ਅੱਜ ਪੇਪਰ ਦੇਣ ਤੋਂ ਮੈਨੇਜਮੈਂਟ ਔਰ ਸਕੂਲ ਸਟਾਫ ਨੇ ਮਨਾ ਕਰਤਾ ਵੀ ਤੈਨੂੰ 5ਵੇਂ ਸਮੈਸਟਰ ਦਾ ਪੇਪਰ ਨਹੀਂ ਦੇਣ ਦੇਣਾ। ਕੱਲ੍ਹ ਅਸੀਂ ਇਸ ਕਾਲਜ ਦੀ ਮੈਨੇਜਮੈਂਟ ਦੇ ਕੋਲ, ਮੈਂ ਪ੍ਰਧਾਨ ਜੀ ਨੂੰ ਫੋਨ 'ਤੇ ਉਹਨਾਂ ਨੇ ਬਹਾਨਾ ਮਾਰਤਾ ਮੈਂ ਬਾਹਰ ਹੈਗੇ ਸ਼ਹਿਰ 'ਚ ਹੀ ਆ, ਕੱਲ੍ਹ ਫਿਰ ਆਵਾਂਗੇ ਇਕੱਠੇ ਹੋ ਕੇ ਤਾਂ ਜੋ ਕਿਸੇ ਦਲਿਤ ਦੇ ਬੱਚੇ ਦੇ ਨਾਲ ਕੋਈ ਵਧੀਕੀ ਨਾ ਹੋ ਸਕੇ। ਸੋ ਇਹ ਬੱਚੀ 1:30 ਵਜੇ ਪੇਪਰ ਸਟਾਰਟ ਹੋਣਾ ਸੀ, 1:30 ਅਤੇ ਇਹਨੂੰ 3:05 ਦੇ ਅੰਦਰ ਬਣ ਗਿਆ, ਉਹ ਵੀ ਤਾਂ ਜਦੋਂ ਮੈਂ ਚੰਡੀਗੜ੍ਹ ਤੋਂ ਟੈਲੀਫੋਨ ਕੀਤੇ ਵੀ ਮੈਂ ਤੁਰ ਪਿਆ, ਬੱਚੀ ਇੰਨੀ ਡਿਪਰੈਸ ਸੀ, ਕਹਿ ਰਹੀ ਸੀ ਅੰਕਲ ਮੈਂ ਮੇਰੇ ਪਾਪਾ ਬਿਮਾਰ ਫੀਸ ਨਹੀਂ ਦੇ ਸਕਦੇ, ਜੇ ਮੇਰਾ ਪੇਪਰ ਨਾ ਹੋਇਆ ਤਾਂ ਮੈਂ ਸੁਈਸਾਈਡ ਕਰ ਜਾਣਾ, ਇੰਨੀ ਡਿਪਰੈਸ ਸੀ ਬੱਚੀ। ਮੈਂ ਇਹਨੂੰ ਕਿਹਾ ਬੇਟਾ ਕੋਈ ਇੱਦਾਂ ਦਾ ਨਹੀਂ ਕਰਨਾ, ਅਤੇ ਮੈਂ ਸਾਰੇ ਦੋਸਤਾਂ ਨੂੰ ਭੇਜਿਆ ਵੀ ਜਾ ਕੇ ਬੱਚੇ ਨੂੰ ਪੇਪਰ 'ਚ ਬਿਠਾ ਕੇ ਆਓ, ਦਲਿਤ ਦੇ ਬੱਚੇ ਵਾਸਤੇ ਪੈਸੇ ਪੜ੍ਹਾਈ ਲਈ ਆਉਣ ਅਤੇ ਸਰਕਾਰਾਂ ਉਹਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਂ ਕੁੱਤੇ ਕੰਮਾਂ 'ਚ ਵਰਤ ਜਾਣ, ਇਹ ਨਾ ਇਨਸਾਫੀ ਆ। ਸੋ ਅਸੀਂ ਪੰਜਾਬ ਦੇ ਅੰਦਰ ਖਾਸ ਕਰਕੇ ਲੁਧਿਆਣਾ ਦੇ ਅੰਦਰ ਜਿਹੜਾ SC ਵਰਗ ਦਾ ਬੱਚਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹਦੀ ਲੇਟ ਹੋਈ ਆ, ਕਿਸੇ ਵੀ ਸਕੂਲ ਜਾਂ ਕਾਲਜ ਨੂੰ
ਹਰਗਿਜ ਵੀ ਇਹ ਕਰ ਨਹੀਂ ਦੇਵਾਂਗੇ ਕਿ ਉਹ ਬੱਚੇ ਨੂੰ ਇਗਜ਼ਾਮ ਤੋਂ ਵਾਂਝਾ ਕਰੇ। ਸੋ ਇਹ ਸੰਸਥਾ ਕਿਸੇ ਦੇ ਦਾਦੇ ਪੜਦਾਦੇ ਦੀ ਜੱਦੀ ਜਗੀਰ ਨਹੀਂ, ਕੋਈ ਮਾਲਕ ਨਹੀਂ, ਇਹ ਲੁਧਿਆਣਾ ਦੇ ਲੋਕਾਂ ਦੀ, ਲੁਧਿਆਣਾ ਦੇ ਵਾਸੀਆਂ ਦੀ। ਇਹ ਜਿਹੜਾ ਕਾਲਜ ਹੈਗਾ, ਜੇ ਮੈਂ ਆਪਣੇ ਦਾਦੇ ਦੀ ਯਾਦ 'ਚ ਕਿਸੇ ਧਰਮਸ਼ਾਲਾ 'ਚ ਚਾਰ ਪੱਖੇ ਲਵਾ ਕੇ ਕਹਿੰਦਾ ਵੀ ਧਰਮਸ਼ਾਲਾ ਮੇਰੀ ਹੋ ਗਈ ਤਾਂ ਉਹ ਮੇਰੀ ਨਹੀਂ। ਇਹ ਕਾਲਜ ਨੂੰ ਚਲਾਉਣ ਵਾਸਤੇ ਅਸੀਂ ਕੱਲ੍ਹ ਨੂੰ ਪ੍ਰਬੰਧਕਾਂ ਦੇ ਨਾਲ ਮੀਟਿੰਗ ਕਰਾਂਗੇ, ਨਹੀਂ ਆਉਣਗੇ ਸਾਰੇ ਲੁਧਿਆਣੇ ਦੇ SC ਬੱਚਿਆਂ ਨੂੰ, ਪਰਿਵਾਰਾਂ ਨੂੰ, ਲੋਕਾਂ ਨੂੰ, ਇਨਸਾਫ ਪਸੰਦ ਜਨਤਾ ਨੂੰ ਇਕੱਠੇ ਕਰਕੇ ਇਹਨਾਂ ਕੋਲੋਂ ਪਾਈ ਪਾਈ ਦਾ ਹਿਸਾਬ ਲਵਾਂਗੇ, ਤਾਂ ਜੋ ਕੋਈ ਵਿੱਦਿਅਕ ਸੰਸਥਾ ਗਾਂਹ ਤੋਂ ਕਿਸੇ ਦਲਿਤ ਦੇ ਬੱਚੇ ਦੇ ਨਾਲ ਵਧੀਕੀ ਨਾ ਕਰ ਸਕੇ।